ਹਾਂਜੀ ਦੋਸਤੋ ਟੋਰਾਂਟੋ ਬੜੇ ਸੌਖੀ ਤਰ੍ਹਾਂ ਜਿੱਤ ਰਿਹਾ ਇੱਥੇ ਹਾਕੀ ਨਾਈਨ ਕੈਨੇਡਾ ਪੰਜਾਬੀ ਤੇ ਤਾਂ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਕਿ ਇਹ ਸਾਡਾ ਆਖਰੀ ਹਫ਼ਤਾ ਸੀਜ਼ਨ ਦਾ ਪਲੇਆਫ ਦੀ ਅਸੀਂ ਕਵਰੇਜ ਤਾਂ ਕਰਨੀ ਹੈ ਕੋਈ ਸ਼ੱਕ ਨਹੀਂ ਪਰ ਜਦੋਂ ਸੀਜ਼ਨ ਦੀ ਸਮਾਪਤੀ ਹੋ ਜਾਂਦੀ ਜਦੋਂ ਐਂਡ ਹੋ ਜਾਂਦਾ ਅਵਾਰਡ ਵੀ ਵੰਡੀਦੇ ਆ ਸੋ ਇਹ ਤੇਰੀ ਜ਼ਿੰਮੇਵਾਰੀ ਹੈ ਤਕਦੀਰ ਸਿੰਘ ਪਰ ਪਹਿਲਾਂ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਪਤਾ ਆਰਟ ਰੌਸ ਟਰੋਫੀ ਹਰਟ ਟਰੋਫੀ ਅਤੇ ਨਾਲ ਨਾਲ ਰੋਕਟ ਰਿਚਰਡ ਉਹ ਤਾਂ ਮਕਡੇਵਿਨ ਨੂੰ ਜਾਣੇ ਹੀ ਜਾਣੇ ਆ ਅੱਜ ਉਹਦਾ 150ਵਾਂ ਪੁਆਇੰਟ ਸੀ ਉਹਨੇ ਤਾਂ ਇਹ ਤਿੰਨ ਜਿਹੜੇ ਇਨਾਮ ਹੈ ਚੱਕਣੇ ਚੱਕਣੇ ਜਿਹੜੇ ਬਾਕੀ ਆ ਅਵਾਰਡ ਉਹ ਤੁਸੀਂ ਅਵਾਰਡ ਦੇ ਤੇ ਤੁਸੀਂ ਵੰਡਣੇ ਅੱਜ ਠੀਕ ਆ ਸਾਂਝੇ ਕਰਦੇ ਹਾਂ ਠੀਕ ਆ ਸ਼ੁਰੂ ਕਰਦੇ ਹਾਂ ਜੀ ਵੈਜ਼ਨਾ ਟਰੋਫੀ ਨਾਲ ਸਭ ਤੋਂ ਵਧੀਆ ਗੋਲਚੀ ਕਿਹਨੂੰ ਤੁਸੀਂ ਇਨਾਮ ਦੇਣਾ ਲੀਨਸ ਓਲਮਾਰਕ ਕੋਈ ਸ਼ੱਕ ਨਹੀਂ ਹੈਗਾ ਬਹੁਤ ਗੋਲਚੀ ਹੈਗੇ ਨੇ ਇਸ ਵੇਲੇ ਜੋ ਕਿ ਵਧੀਆ ਖੇਡਦੇ ਆ ਹੈਲਬਕ ਸਰੋਕਿਨ ਦਾ ਨਾਂ ਵੀ ਆਉਂਦਾ ਪਰ ਜਿਹੜੇ ਇਹਦੇ ਆਂਕੜੇ ਹੈਗੇ ਆ ਅਤੇ ਇਤਿਹਾਸਿਕ ਪੇਸ ਹੈਗਾ ਇਸ ਟੀਮ ਦਾ ਕਿ ਹਿਸਟਰੀ ਬਣਾ ਸਕਦੇ ਨੇ ਇਸ ਟੀਮ ਦਾ ਆਗੂ ਹੈਗਾ ਅਤੇ ਤਾਂ ਹੀ ਉਹ ਮਨੋਬਲ ਤਕੜੇ ਨਾਲ ਖੇਡਦੇ ਰਣਦੀਪ ਸੇਫ ਪਰਸੈਂਟੇਜ ਗੋਲਸ ਅਗੇਂਸਟ ਐਵਰੇਜ ਇਹਦਾ ਸਭ ਤੋਂ ਜ਼ਬਰਦਸਤ ਹੈਗਾ ਲੀਗ ਦੇ ਵਿੱਚ ਸੋ ਇਸ ਵੇਲੇ ਇਹਨੂੰ ਦੇਣਾ ਪਊਗਾ ਕਿਉਂਕਿ ਇਹਦੇ ਆਂਕੜੇ ਲਾਜਵਾਬ ਠੀਕ ਆ ਪਰ ਮੈਂ ਬਹਿਸ ਨਹੀਂ ਕਰਨੀ ਮੈਂ ਉਦਾਂ ਪੁੱਛਣਾ ਹੈ ਸਭ ਤੋਂ ਵਧੀਆ ਡਿਫੈਂਸਿਵ ਟੀਮ ਵੀ ਹੈਗੀ ਇਹ ਤੋਂ ਇਲਾਵਾ ਕੀ ਇਹ ਥੋੜ੍ਹਾ ਬੈਲੈਂਸ ਗੋਲਚੀ ਨੂੰ ਵੀ ਕੁਝ ਕਰਨਾ ਪੈਂਦਾ ਗੋਲਾਂ ਦੇ ਵਿੱਚ ਠੀਕ ਹੈ ਮੈਂ ਬਹਿਸ ਨਹੀਂ ਕਰਨੀ ਤੂੰ ਮੈਨੂੰ ਪਤਾ ਚਾਰ ਲਾਈਨਾਂ ਚੱਲਦੀਆਂ ਪਰ ਇਹਦੇ ਕਰਕੇ ਚੱਲਦੀਆਂ ਓਕੇ ਅੱਛਾ ਅੱਛਾ ਚਲੋ ਹੁਣ ਬਾਕੀ ਵੀ ਗੱਲ ਕਰਦੇ ਹਾਂ ਸਭ ਤੋਂ ਵਧੀਆ ਡਿਫੈਂਸਮੈਨ NHL ਚ ਕੌਣ ਹੈ ਨੋਰਿਸ ਟਰੋਫੀ ਕਿਹਨੂੰ ਤੁਸੀਂ ਦੇਣੀ ਏਰਿਕ ਕਾਰਲਸਨ ਕੋਈ ਸ਼ੱਕ ਨਹੀਂ ਹੈਗਾ ਉੱਤਮ 10 ਖਿਡਾਰੀਆਂ ਚ ਹੈਗਾ ਲੀਗ ਦੇ ਵਿੱਚ ਪੁਆਇੰਟਸ ਪੱਖੋਂ ਇਸ ਵੇਲੇ ਡਿਫੈਂਸਮੈਨ ਪੱਖੋਂ ਉਹ ਵੀ ਟੌਪ ਦਾ ਹੈਗਾ ਪੁਆਇੰਟਸ ਅਸਿਸਟ ਗੋਲਸ ਅਤੇ ਉਸ ਤੋਂ ਦੂਜੇ ਨੰਬਰ 'ਤੇ ਕੌਣ ਕੁਇਨ ਹਿਊਜ਼ ਅਤੇ ਉਹਨੇ ਕਈ ਪੁਆਇੰਟ ਘੱਟ ਇਹ ਤੋਂ ਬਣਾਇਆ ਤਕਰੀਬਨ 15 ਪੁਆਇੰਟ ਘੱਟ ਸੋ ਉੱਤਮ ਖਿਡਾਰੀ ਹੈਗਾ ਜਿਹੜੀ ਇੰਨੀ ਮਾੜੀ ਟੀਮ ਹੈਗੀ ਇਸ ਵੇਲੇ ਉਸ ਟੀਮ 'ਤੇ ਵੀ ਪੁਆਇੰਟ ਇਕੱਤਰ ਕਰੀ ਜਾਂਦਾ ਅਤੇ ਆਪਣਾ ਨਾਂ ਕਮਾਰਿਆ ਫਿਰ NHL ਦੀ ਦੁਨੀਆ ਦੇ ਵਿੱਚ ਤੁਸੀਂ ਡਿਫੈਂਸ ਡਿਫੈਂਸ ਉਹਨੇ ਕਿਹਾ ਪੁਆਇੰਟ ਚੱਕੀ ਜਾ ਰਿਹਾ ਪਰ ਐਡਮ ਫੌਕਸ ਵੀ ਮਹਾਨ ਡਿਫੈਂਸ ਮੈਨ ਦੋਵੇਂ ਪੱਖੋਂ ਨਾਲ ਆਫੈਂਸ ਅਤੇ ਡਿਫੈਂਸ ਕੁਇਨ ਹਿਊਜ਼ ਉਹ ਵੀ ਵਧੀਆ ਖੇਡਦਾ ਡਿਫੈਂਸ ਜੇ ਇਹ 100 ਪੁਆਇੰਟ ਬਣਾ ਗਿਆ ਇਸ ਸੀਜ਼ਨ ਆਪਾਂ ਕਹਿ ਨਹੀਂ ਸਕਦੇ ਕਿ ਇਹਨੂੰ ਨਹੀਂ ਇਨਾਮ ਦੇਣਾ ਚਾਹੀਦਾ ਚਲੋ ਨੇੜੇ ਤੇੜੇ ਤਾਂ ਅੱਛਾ ਤੇ ਤੁਸੀਂ ਮੈਂ ਨਹੀਂ ਸਹਿਮਤ ਪਰ ਇਹ ਤੁਹਾਡੇ ਜਿਹੇ ਸੈਗਮੈਂਟ ਹੈ ਮੈਂ ਨਹੀਂ ਬਾਹਲਾ ਕੁਝ ਕਹਿ ਸਕਦਾ ਸਭ ਤੋਂ ਵਧੀਆ ਕੋਚ ਜਿਹੜਾ ਜੈਕ ਐਡਮਸ ਅਵਾਰਡ ਕਿਹਨੂੰ ਦੇਣਾ ਜੀ ਮੈਂ ਤਾਂ ਕਹਿੰਦਾ ਲਿੰਡੀ ਰਫ ਨੂੰ ਦੇਣਾ ਚਾਹੀਦਾ ਯਾਰ ਦੇਖੋ ਇਹ ਟੀਮ ਪਹਿਲਾਂ ਹਾਰਦੀ ਸੀ ਕਹਿੰਦੇ ਫਾਇਰ ਲਿੰਡੀ ਫਿਰ ਇਹਨਾਂ ਨੇ ਕੀ ਕਿਹਾ ਸੋਰੀ ਲਿੰਡੀ ਸੋਰੀ ਕਿਉਂਕਿ ਪਹਿਲਾਂ ਇਹਨੂੰ ਫਾਇਰ ਕਰਨਾ ਚਾਹੁੰਦੇ ਸੀਗੇ ਫਿਰ ਇਹ ਕਿੱਥੇ ਆ ਗਏ ਹੁਣ 50 ਜਿੱਤਾਂ ਤੀਜੇ ਸਥਾਨ 'ਚ ਈਸਟਰਨ ਕਾਨਫਰੰਸ ਵਿੱਚ 108 ਪੁਆਇੰਟ ਚੇਤਾ ਰੱਖਣਾ ਪਿਛਲੇ ਸਾਲ 14ਵੇਂ ਸਥਾਨ 'ਚ ਸੀਗੇ ਆਪਣੇ ਕਾਨਫਰੰਸ ਦੇ ਵਿੱਚ ਅਤੇ ਹੁਣ ਸਭ ਤੋਂ ਤਕੜੀ ਆਪਾਂ ਟੀਮ ਮੰਨ ਸਕਦੇ ਈਸਟਰਨ ਕਾਨਫਰੰਸ ਦੇ ਵਿੱਚ ਉੱਤਮ 3 ਟੀਮਾਂ ਦੇ ਵਿੱਚੋਂ ਤਕੜੀ ਟੀਮ ਈਸਟ ਵਿੱਚ ਇੱਥੇ ਵੀ ਮੈਂ ਸਹਿਮਤ ਹਾਂ ਤੁਹਾਡੇ ਨਾਲ ਠੀਕ ਹੈ ਮਾਸੀ ਤੋਂ ਸਹਿਮਤ ਪਹਿਲੀ ਵਾਰੀ ਸਹਿਮਤ ਚਲੋ ਕਾਲਜਰ ਟਰੋਫੀ ਲੀਗ ਦਾ ਸਭ ਤੋਂ ਵਧੀਆ ਰੁਕੀ ਖਿਡਾਰੀ ਕੌਣ ਮੈਰੀ ਬਨੀਅਰਸ ਜੋ ਕਿ ਹੈਗਾ ਆਗੂ ਆਪਣੀ ਟੀਮ ਦਾ ਪਹਿਲੀ ਲਾਈਨ 'ਤੇ ਖੇਡ ਰਿਹਾ ਅਤੇ ਹਰੇਕ ਟੀਮ ਦੇ ਟੌਪ ਦੇ ਖਿਡਾਰੀਆਂ ਦਾ ਵਿਰੋਧ ਕਰਦਾ ਹਰੇਕ ਗੇਮ ਦੇ ਵਿੱਚ 56 ਪੁਆਇੰਟ ਵੀ ਬਣਾ ਚੁੱਕਾ ਰੋਕੀਜ਼ ਮੁਤਾਬਕ ਸਕੋਰਿੰਗ ਵੀ ਇਹਦੀ ਖਤਰਨਾਕ ਹੈਗੀ ਆ ਅਤੇ ਆਪਣੀ ਟੀਮ ਨੂੰ ਲੈ ਗਿਆ ਇਹ ਆਗੂ ਬਣ ਕੇ ਪਲੇਆਫਸ ਦੀ ਕਹਾਣੀ ਪੱਕੀ ਬਣ ਗਈ ਸਿਆਟਲ ਦੀ ਅਤੇ ਗੋਲਸ ਅਸਿਸ ਪੱਖੋਂ ਵੀ ਕਮਾਲ ਦਾ ਖਿਡਾਰੀ ਹੈਗਾ ਮੈਂ ਇੱਕ ਖਿਡਾਰੀ ਦਾ ਨਾਮ ਲੈਣਾ ਚਾਹੁੰਦਾ ਡਿਫੈਂਸਮੈਨ ਨੂੰ ਇਸ ਜਿਹੜੀ ਕੈਟਾਗੋਰੀ 'ਚ ਬੜਾ ਤੁਸੀਂ ਕਹਿ ਸਕਦੇ ਰਿਸਪੈਕਟ ਨਹੀਂ ਮਿਲਦੀ ਮੋਰਟ ਸਾਈਡਰ ਜਿੱਤੇ ਅਸੀਂ ਪਿਛਲੇ ਸਾਲ ਪਰ ਓਵਨ ਪਾਵਰ ਬਫਲੋ 'ਚ ਵੀ ਜਿਹੜਾ ਖਿਡਾਰੀ ਜਿਹੜਾ 22 ਮਿੰਟ ਖੇਡ ਸਕਦਾ ਰੁਕੀ ਸੀਜ਼ਨ ਦੇ ਵਿੱਚ ਉਹ ਵੀ ਇੱਕ ਸੋਚਣ ਵਾਲੀ ਗੱਲ ਹੈ ਆਉਣ ਵਾਲੇ ਸਾਲਾਂ 'ਚ ਉਹਨੇ ਪਾਵਰ ਹਾਊਸ ਡਿਫੈਂਸਮੈਨ ਜ਼ਰੂਰ ਬਣਨਾ ਚਲੋ ਆਖਰੀ ਸਵਾਲ ਇਹ ਆ ਸੈਲਕੀ ਟਰੋਫੀ ਕੌਣ ਹੈ ਯਾਰ ਨਾਮ ਯਾਰ ਆਪਾਂ ਸੁਣਿਆ ਹੋਇਆ ਬੰਦੇ ਦਾ ਪੈਟ੍ਰੀਸ ਬਰਜਰਾਂ ਜੋ ਕਿ ਪਹਿਲਾਂ ਵੀ 5 ਵਾਰੀ ਜਿੱਤ ਚੁੱਕਾ ਹੈ ਨਾਮ 3 ਸਾਲ ਲਗਾਤਾਰ ਜਿੱਤਿਆ ਸੀਗਾ 2013 ਤੋਂ ਲੈ ਕੇ 16 ਤੱਕ ਅਤੇ ਦੇਖੋ ਰਣਦੀਪ ਇਹ ਹੈਗਾ ਫੇਰ ਪਲੱਸ ਮਾਈਨਸ ਪੱਖੋਂ ਇੱਕ ਟੌਪ ਦਾ ਖਿਡਾਰੀ ਲੀਗ ਦੇ ਵਿੱਚ 5-5 ਆਂਕੜੇ ਕਮਾਲ ਦੇ ਜਿਹੜੇ ਐਕਸਪੈਕਟਿਡ ਗੋਲਸ ਅਗੇਂਸਟ ਹਾਈ ਡੇਜਰ ਚਾਂਸ ਜਦੋਂ ਇਹ ਹੁੰਦਾ ਬਰਫ ਦੇ ਉੱਤੇ ਕਮਾਲ ਦੇ ਆਂਕੜੇ ਨੇ ਵਿਰੋਧੀ ਟੀਮ ਤੋਂ ਕੁਛ ਕਰ ਹੀ ਨਹੀਂ ਹੁੰਦਾ ਹਜੇ ਵੀ ਮੈਂ ਕਹਿ ਸਕਦਾ 37 ਸਾਲ ਦੀ ਉਮਰ ਦੇ ਵਿੱਚ ਵੀ ਹਜੇ ਵੀ ਟੌਪ ਦਾ ਟੂ ਵੇ ਖਿਡਾਰੀ ਹੈਗਾ ਜਦ ਤੱਕ ਇਹਨੇ ਲੀਗ 'ਚ ਰਹਿਣਾ ਉਦੋਂ ਤੱਕ ਸੈਲਕੀ ਟਰੋਫੀ ਜਿੱਤੀ ਜਾਣੀ ਹੈ ਸੋ ਮੈਂ ਵੀ ਸਹਿਮਤ ਇਹਦੇ ਨਾਲ ਦੇਖਦੇ ਹਾਂ ਜੀ ਤੁਸੀਂ ਸਾਨੂੰ ਦੱਸੋ ਕਿ ਤਕਦੀਰ ਜਿਹੜੇ ਅਵਾਰਡ ਆ ਜਿਹੜੇ ਸਹੀ ਆ ਜਾਂ ਤੁਸੀਂ ਹੋਰ ਤਾਂ ਦੇਣੇ ਸੀ ਦੇਖਦੇ ਰਹਿਣਾ ਹਾਕੀ ਨਾਈਨ ਕੈਨੇਡਾ ਪੰਜਾਬੀ ਤੀਜਾ ਪੀਰੀਅਡ ਅਸੀਂ ਲੈ ਕੇ ਆ ਰਹੇ ਹਾਂ ਬ੍ਰੇਕ ਤੋਂ ਬਾਅਦ